ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ 'ਤੇ ਇੱਕ ਨਜ਼ਰ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚੋਂ ਰਾਹਤ, ਖਾਦ ਲਈ ਕਿਸਾਨਾਂ ਨੂੰ ਖੱਜਲ ਖੁਆਰੀ, ਢਾਬੇ ਵਾਲੇ ਦੀ ਯਾਤਰਾ ਪਈ ਫਿੱਕੀ। ਬੀਬਾ ਹਰਸਿਮਰਤ ਕੌਰ ਅੱਜ ਜਲਾਲਾਬਾਦ, ਨਰਸਿੰਗ ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ, ਪੰਜਾਬ ਸਰਕਾਰ ਨੇ ਘਟਾਇਆ ਤੇਲ ਤੋਂ ਵੈਟ, ਅਕਾਲੀਆਂ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ, ਰਾਮ ਰਹੀਮ ਤੋਂ ਪੁੱਛ ਪੜਤਾਲ ਲਈ ਟੀਮ ਰਵਾਨਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਚੰਡੀਗੜ੍ਹ ਤੋਂ। ਪਬਲਿਕ ਨੂੰ ਥੋੜ੍ਹੀ ਬਾਲੀ ਰਾਹਤ ਜ਼ਰੂਰ ਮਿਲੀ ਹੈ। ਪੰਜਾਬ ਸਰਕਾਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਹੈ, ਪੈਟਰੋਲ ਅਤੇ ਡੀਜ਼ਲਾਂ ਦੀਆਂ ਕੀਮਤਾਂ ਨੂੰ ਘਟਾ ਕੇ। ਇਹ ਫੈਸਲਾ ਜਿਸ ਦਾ ਕਿ ਪੰਜਾਬ ਇੰਤਜ਼ਾਰ ਕਰ ਰਿਹਾ ਸੀ ਕਿ ਆਖਿਰਕਾਰ ਤੇਲ ਜਿਹੜਾ ਦਿਨੋਂ ਦਿਨ ਮਹਿੰਗਾ ਹੋਈ ਜਾ ਰਿਹਾ ਹੈ, ਉਸ ਤੋਂ ਰਾਹਤ ਮਿਲਣੀ ਚਾਹੀਦੀ ਹੈ। ਚੰਨੀ ਸਰਕਾਰ ਨੇ ਦੀਵਾਲੀ ਤੋਂ ਬਾਅਦ ਇਹ ਬਹੁਤ ਵੱਡੀ ਰਾਹਤ ਦਿੱਤੀ ਹੈ। ਅੱਜ ਇਸ ਰਾਹਤ ਨੂੰ ਲੈ ਕੇ ਲੋਕਾਂ ਦੇ ਜਿਹੜੇ ਉਦਾਸ ਪਏ ਚਿਹਰੇ ਸਨ, ਉਹ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ਖਾਦ ਲੈਣ ਵਾਸਤੇ ਕਿਸਾਨਾਂ ਦੀ ਖੱਜਲ ਖੁਆਰੀ ਜਿਹੜੀ ਹੈ ਉਹ ਵੱਧ ਰਹੀ ਹੈ। ਪੰਜਾਬ ਸਰਕਾਰ ਬਹੁਤ ਸਾਰੇ ਦਾਅਵੇ ਕਰਦੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ, ਕਿਸੇ ਵੀ ਜਗ੍ਹਾ, ਕਿਸੇ ਵੀ ਆਫਿਸ ਦੇ ਵਿੱਚ ਕੋਈ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ। ਪਰ ਕਿਸਾਨ ਹੱਕੇ ਬੱਕੇ ਨੇ ਕਿ ਖਾਦ ਲੈਣ ਵਾਸਤੇ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਿਸ ਨਾਲ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਇੱਥੇ ਡਿਪਟੀ ਮੈਨੇਜਰ ਲੱਗਾ ਮੈਂ, ਕੱਲਾ ਮੈਂ ਹੈਗਾ ਇੱਥੇ, ਕੱਲੇ ਹੋਣ ਦੇ ਨਾਤੇ ਪੈਸੇ ਵੀ ਲੈਣੇ ਔਰ ਇਹਨਾਂ ਨੂੰ ਡਿਸਟ੍ਰੀਬਿਊਟ ਵੀ ਕਰਨਾ। ਖਾਦ ਦੀ ਕੋਈ ਪ੍ਰੋਬਲਮ ਨਹੀਂ, ਲੇਕਿਨ ਇਮਾਨਦਾਰੀ ਨਾਲ ਲੈ ਕੇ ਚੱਲ ਜਾਣਾ। ਇਹ ਹੁਣ ਇੱਦਾਂ ਕਿ ਮਾਸਪੋਲ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਖਾਦ? ਖਾਦ ਵੀ ਮਿਲ ਰਹੀ ਜੀ, ਦੇਖੋ ਕਿੰਨੇ ਦਿਨ ਹੋ ਗਏ ਆ, ਬਹੁਤ ਦਿਨ ਹੋ ਗਿਆ, ਕਣਕ ਦੀ ਬਿਜਾਈ ਲੇਟ ਹੋ ਗਈ ਆ। ਅਤੇ ਮਤਲਬ ਅਸੀਂ ਸਵੇਰ ਦੇ 5:30 ਵਜੇ ਇੱਥੇ ਆਣ ਕੇ ਖੜ੍ਹੇ ਹਾਂ, ਮਤਲਬ ਅਜੇ ਤੱਕ ਤਾਂ ਕੋਈ ਆਸ ਨਹੀਂ ਕਿ ਪਤਾ ਨਹੀਂ ਮਿਲੇਗੀ ਕਿ ਜਾਂ ਨਹੀਂ ਮਿਲੇਗੀ। ਅਤੇ ਆਹ ਵੇਖ ਲਓ ਤੁਸੀਂ ਕਿੰਨੀ ਦੁਨੀਆ ਖਲੋਤੀ ਹੈ, ਅਤੇ ਬਹੁਤ ਮੁਸ਼ਕਿਲ ਆ ਜ਼ਿਮੀਦਾਰਾਂ ਨੂੰ ਸਾਰੇ, ਨਾ ਖੱਜਲ ਖਰਾਬ ਹੋਣ ਡਿਆ, ਆਪਣਾ ਕੰਮ ਘਰ ਛੱਡ ਕੇ ਸਾਰੇ ਵੇਖ ਲਓ ਇੱਥੇ ਘਰਾਂ ਦੁਆਉਣ ਕੇ ਬੈਠੇ ਪੂਰੇ ਸਾਡੇ ਯਾਰ ਇੱਥੇ ਆ ਗਏ, ਅਤੇ ਉਦੋਂ ਬਾਅਦ ਕੋਈ ਹੈ ਹੀ ਨਹੀਂ, ਬੰਦਾ ਕੋਈ ਨਹੀਂ ਕਰ ਦੇਣ ਵਾਲਾ, ਉਹ MLA ਸਭ ਕੁਝ ਆ ਕੇ ਬੈਠੇ ਆ, ਕੀ ਕਰੀਏ ਉਸ, ਇਹ ਉਹ ਮੁਸ਼ਕਿਲ ਹੈ, ਖਾਦ ਮਿਲੇ ਤੁਸੀਂ ਦਾਖਲ ਹੋਈਏ। ਗੁਰਦਾਸਪੁਰ ਲੋਕਲ ਹੈ, ਕੱਲ੍ਹ ਦੀ 25 ਕਟਾਈ ਹੋਈ, ਕੱਲ੍ਹ ਵੀ ਖਾਲੀ ਗਏ ਹਾਂ, ਅੱਜ ਵੀ ਸਵੇਰ ਦੇ ਆ ਕੇ ਲੈਣ ਲਾਈ ਹੈ ਇੱਥੇ, ਪਰ ਅਜੇ ਤੱਕ ਕੋਈ ਬੰਦਾ ਨਹੀਂ ਆਇਆ। ਜਦੋਂ ਕਿ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਸਟੋਰ ਖੋਲ੍ਹਣ ਦਾ, ਕਿਉਂਕਿ ਜਨਤਾ ਨੂੰ ਖਰਾਬ ਕਿਉਂ ਕਰ ਰਹੀ ਹੈ? ਆਪਣੇ ਜੋ ਸੈਕਟਰੀ ਸਾਹਿਬ ਜੋ ਇੰਚਾਰਜ ਹੈਗਾ ਵਾ, ਉਹਨੂੰ ਟਾਈਮ ਨਾਲ ਆ ਕੇ ਆਪਣੇ ਖੋਲ੍ਹਣਾ ਚਾਹੀਦਾ, ਟਾਈਮ ਨਾਲ ਆ ਕੇ ਜਨਤਾ ਨੂੰ ਤੋੜੇ, ਆਪਣੇ ਜਾ ਕੇ ਕਾਰੋਬਾਰ ਕਰੋ। ਇੱਕ ਬੰਦੇ ਦੀ ਵਜ੍ਹਾ ਨਾਲ ਇੱਥੇ ਹਜ਼ਾਰਾਂ ਬੰਦੇ ਜਿਹੜੇ ਆ ਤੰਗੀ ਠਾ ਰਹੇ ਨੇ। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ਢਾਬੇ ਵਾਲੇ ਦੀ ਯਾਤਰਾ ਪਈ ਫਿੱਕੀ। ਦਰਅਸਲ ਜਦੋਂ ਢਾਬੇ ਵਾਲਾ ਯਾਤਰਾ 'ਤੇ ਨਿਕਲਿਆ ਅਤੇ ਮਗਰੋਂ ਕਿਤੇ ਨਾ ਕਿਤੇ ਉਹਨਾਂ ਦੇ ਢਾਬੇ ਨੂੰ ਨੁਕਸਾਨ ਪਹੁੰਚਾਇਆ ਗਿਆ। ਉਹ ਢਾਬਾ ਜਿਹੜਾ 1998 ਤੋਂ ਚੱਲ ਰਿਹਾ ਸੀ, ਲੇਕਿਨ ਕੀ ਕਾਰਨ ਹੈ ਕਿ ਢਾਬੇ ਦੀ ਜਿਹੜੀ ਦੀਵਾਰ ਹੈ ਉਸਨੂੰ ਗਿਰਾਇਆ ਗਿਆ ਜਾਂ ਉਸਨੂੰ ਨੁਕਸਾਨ ਪਹੁੰਚਾਇਆ ਗਿਆ, ਵੇਖਦੇ ਹਾਂ ਖਬਰ। ਆਪਣਾ ਢਾਬੇ ਦਾ ਕੰਮ ਆ, ਅਸੀਂ ਰੋਜ਼ੀ ਰੋਟੀ ਇੱਥੋਂ ਕਮਾਉਂਦੇ ਹਾਂ, ਠੀਕ ਹੈ ਸਰ। ਸਾਡਾ ਇਹਨਾਂ ਨੇ ਚੱਲਣ ਡਿਆ ਕੋਰਟ ਕੇਸ ਚੱਲਣ ਡਿਆ, ਸਾਨੂੰ ਸਟੇਅ ਮਿਲਿਆ, ਬਿਕਰਮਜੀਤ ਦੀ ਕੋਰਟ 'ਚ ਕੇਸ ਚੱਲਣ ਡਿਆ ਵਾ, ਕੰਟੈਂਪਟ ਦਾ ਕੇਸ ਕੋਰਟ ਦਾ ਸਟੇਅ ਮੈਨੂੰ ਮਿਲਿਆ ਵਾ, DC ਦਫ਼ਤਰ ਤਰੀਕ ਪੈਣ ਡੀ ਆ, ਉਹਦਾ ਵੀ ਸਟੇਅ ਮੈਨੂੰ ਕੰਫਰਟੇਬਲ 100% ਮਿਲ ਹੀ ਗਿਆ ਵਾ। 1998 'ਚ ਦੁਕਾਨ ਸਰ ਅਸੀਂ ਫਾਦਰ ਸਾਹਿਬ ਆਪਣੇ ਕਰਦੇ, ਅਤੇ ਫਾਦਰ ਸਾਹਿਬ ਦੇ 4 ਮਹੀਨੇ ਹੋ ਗਏ ਦਰਥ ਹੋ ਗਈ, ਅਤੇ ਹੁਣ ਅਸੀਂ ਦੋਵੇਂ ਭਰਾ ਆਪਣੇ ਕਰ ਹੋਟਲ ਢਾਬੇ ਦਾ ਕੰਮ ਜੀ ਸਾਰਾ ਆਪਣਾ, ਅਤੇ ਅਸੀਂ ਰੋਟੀ ਪਾਣੀ ਇੱਥੋਂ ਹੀ ਆਪਣਾ ਖਾਈਦਾ। ਗੱਲ ਇਹ ਕਿ ਅਸੀਂ 2-4 ਦਿਨ ਲਈ ਦੀਵਾਲੀ ਵਾਲੇ ਦਿਨ ਯਾਤਰਾ 'ਤੇ ਗਏ ਹਾਂ, ਅਤੇ ਹੁਣ ਦੁਕਾਨ 'ਤੇ ਆਏ ਅਤੇ ਕੰਧ ਅੰਦਰ ਢੱਠੀ ਪਈ। ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਕੱਖ ਨਹੀਂ ਚਾਹੀਦਾ। ਅਸਦ ਨਾਮ ਸਨੀ ਸਾਨੂੰ ਸੋਹਣ ਸਿੰਘ ਵਾਸੀ ਨਿਊ ਹਰਮਾਨ ਨੂੰ ਬੱਖੇਵਾਲ ਨੇ ਕੰਪਲੇਂਟ ਕੀਤੀ ਆ, ਇਹਨਾਂ ਦਾ ਡਿਸਪਿਊਟ ਚੱਲਦਾ ਕੋਈ ਮਨਜੀਤ ਸਿੰਘ ਦੁਕਾਨਾਂ ਦਾ, ਉਹਦੇ ਸਮਾਜ ਕੰਪਲੇਂਟ ਕੀਤੀ ਸੀ, ਮੌਕਾ ਜਾ ਕੇ ਵੇਖਿਆ ਵਾ, ਅੱਜ ਇਨਵੈਸਟੀਗੇਸ਼ਨ ਦਾ ਪੱਖ ਵਾ, ਦੂਸਰੀ ਪਾਰਟੀ ਘਰ ਨਹੀਂ ਮਿਲੀ ਕੋਈ, ਲੇਡੀਜ਼ ਉਹਨਾਂ ਦੇ ਘਰ ਆਈਆਂ। ਖਬਰ ਲੈਂਦੇ ਹਾਂ ਜਲਾਲਾਬਾਦ ਤੋਂ। ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ ਨੇ ਜਲਾਲਾਬਾਦ ਔਰ ਗਊਸ਼ਾਲਾ ਦੀ ਸੇਵਾ ਦੇ ਵਾਸਤੇ ਉਹਨਾਂ ਨੇ 5 ਲੱਖ ਰੁਪਏ ਦਾ ਦਾਨ ਦਿੱਤਾ ਹੈ। ਔਰ 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਿਤੇ ਨਾ ਕਿਤੇ ਆਲੇ ਦੁਆਲੇ ਦੇ
जिहड़े विधानसभा दे हलके ने उत्थे दौरे किए जा रहे हैं। इस दौरान पत्रकारां नाल की गलबात हुई है वेखदे हां खबर। मेरा ख्याल इहदा जवाब तो तुहानूं ओह परिवार दे सकदे ने जिथे हर दूजे घर च डेंगू दे मरीज आ रहे ने, क्योंकि ना तो कोई दवाइयां अवेलेबल ने, बल्कि मैं तो आज ट्रिब्यून की रिपोर्ट पढ़ी कि एहो जे डेंगू दे केस इतिहास च कदे इन्ने पंजाब च नहीं होए जिन्हें हुण होए ने। 18,000 तो वध मरीज पंजाब च हो गए कल्ले, क्योंकि सरकार एक मच्छर नूं नहीं मार सकी। तो फिर इलाज के ना च पिछले मार्च तो लैके कोविड तो बाद 1.5 साल की दूजा 2 साल होने एक बुखार तक की दवाई नहीं हैगी, जेडे अपने रूरल सेंटर्स 1200 है। सो ना तो मच्छर मारन नूं कामयाब, ना जिहड़ा डेंगू रोक के ना ही उहदा इलाज वास्ते दवाइयां दा इंतजाम कर सके। तो कामयाब की जे 18,000 तो वध मरीज ही बन गए हैगे, ये तो वह है जिन्हों का रिकॉर्ड हैगा किन्ने घर च आप दा इंतजाम इलाज करी जा रहे हैं। हुण यह है पहले कोविड तो मरे, हुण डेंगू करके भी मौतां सामने आ रही ने। बिल्कुल शरे आम फेलियर इस गवर्नमेंट का। तो अफसोस कि मुख्यमंत्री साहब नूं फोटो खिंचाण तो समा नहीं हैगा, दिल्ली दरबार से हाजिरी भरन तो समा नहीं हैगा। काश किसी हस्पताल ते जाके पता कर दे कि उत्थे रूरल सेंटर से दवाइयां केड़ियां ने ते मच्छरां दे नाल किन्ने लोकां दा किन्ना बुरा हाल है। खबर लैंदे आ जलंधर तो। नर्सिंग स्टाफ वालों बकायदा तौर पर पंजाब सरकार के खिलाफ धरना प्रदर्शन किया जा रहा, और 2022 दीआं चोणां तो पहला नर्सिंग स्टाफ वालों अपनियां मंगां नूं लैके पंजाब सरकार नूं अपील की है कि साडियां मंगां मन्नियां जाण और सानू बनदा साडा हक दिता जाए, लेकिन सरकारां दे कन्न ते जूं तक नहीं सरक रही। इस दौरान उन्हां नर्सां ने अपना दुख बयान किया है, सुनो उन्हां दा दुख। मेरा नाम नरेंद्र सिंह। अज जिहड़ा प्रदर्शन किया जा रहा है, की कारण है? ਇਹ ਸਾਡਾ ਪਹਿਲਾਂ ਵੀ ਅਸੀਂ ਸਟ੍ਰਾਈਕ ਕੀਤੀ ਸੀਗੀ 2 ਦਿਨ ਦੀ, ਉਦੋਂ ਸਾਨੂੰ ਅਦਰ ਹੈਲਥ ਸਿਸਟਮ ਵੱਲੋਂ ਸਾਨੂੰ ਸਿਗਾ ਤੁਹਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇੱਕ ਤਾਂ ਕੱਚੇ ਮੁਲਾਜ਼ਮ ਜਿਹੜੇ ਉਹ ਪੱਕੇ ਕੀਤੇ ਜਾਣਗੇ, ਇੱਕ ਜਿਹੜਾ ਸਾਡਾ ਪੇ ਅਲਾਉਂਸ ਆ ਜਿਹੜਾ ਪੇ ਪਾਰਟੀ ਉਹ ਜਿਹੜਾ ਸਾਡਾ ਘੱਟ ਕੀਤਾ ਹੋਇਆ ਆ, ਦੂਸਰੇ ਸਾਡੇ ਬਾਕੀ ਅਲਾਉਂਸ ਨਹੀਂ ਦੇ ਰਹੇ। ਇੱਕ ਸਾਡਾ ਨਰਸਿੰਗ ਕੈਡਿਟ ਦਾ ਅਸੀਂ ਨਰਸਿੰਗ ਔਫਿਸਰ ਦਾ ਕੈਡਿਟ ਮੰਗ ਰਹੇ, ਜਦਕਿ ਸਾਰੀ ਥਾਂ 'ਤੇ ਮਿਲ ਗਿਆ, ਪੰਜਾਬ 'ਚ ਨਹੀਂ ਮਿਲਿਆ ਅਜੇ ਤੱਕ। ਉਦੋਂ ਸਾਨੂੰ ਸਟ੍ਰਾਈਕ ਕੀਤੀ ਸੀ ਅਤੇ ਉਹ ਕਹਿੰਦੇ ਸੀ ਤੁਹਾਡੇ ਹਫ਼ਤੇ ਦੇ ਵਿੱਚ ਜੇ ਸਾਰੀਆਂ ਤੁਹਾਡੀਆਂ ਡਿਮਾਂਡਸ ਪੂਰੀਆਂ ਹੋ ਜਾਣਗੀਆਂ ਤਾਂ ਸਟ੍ਰਾਈਕ ਕੈਂਸਲ ਕਰ ਦਿੱਤੀ। ਅਤੇ ਹੁਣ ਫਿਰ ਇੰਨਾ ਟਾਈਮ ਹੋ ਗਿਆ ਅਤੇ ਨਹੀਂ ਹੋਇਆ, ਸਾਡੀ ਕੋਈ ਵੀ ਡਿਮਾਂਡ ਉਹਨਾਂ ਨੇ ਪੂਰੀ ਨਹੀਂ ਕੀਤੀ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਪੰਜਾਬ ਸਰਕਾਰ ਨੇ ਘਟਾਇਆ ਤੇਲ ਤੋਂ ਵੈਟ। ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਬਾਅਦ ਬਹੁਤ ਵੱਡਾ ਇਹ ਕਦਮ ਚੁੱਕਿਆ ਹੈ, ਲੋਕਾਂ ਨੂੰ ਰਾਹਤ ਦਿੱਤੀ ਹੈ। ਇਸ ਦੌਰਾਨ ਕਿਸ ਨਾਲ ਕੀ ਗੱਲਬਾਤ ਹੋਈ ਹੈ ਵੇਖਦੇ ਹਾਂ ਖਬਰ। ਠੀਕ ਹੈ ਸਰ, ਰਾਹਤ ਮਿਲਿਆ ਸਰ, ਥੋੜ੍ਹਾ ਬਹੁਤ ਮਿਲਿਆ, ਰਾਹਤ ਜ਼ਰੂਰ ਮਿਲਿਆ। ਜਾਇਆ ਤਾਂ ਨਹੀਂ, ਹੋਰ ਘਟਣਾ ਚਾਹੀਦਾ ਸਰ, ਨਾਲ ਹੋਰ ਘਟਣਾ ਚਾਹੀਦਾ ਅਤੇ ਬਹੁਤ ਮਿਲੀ ਹੈ ਜੀ, ਇਹਦੇ ਨਾਲ ਫਰਕ ਤਾਂ ਪਿਆ ਵਾ, ਬਹੁਤ ਫਰਕ ਪਿਆ। ਕੀ ਲੱਗ ਰਿਹਾ ਵੀ ਸਰਕਾਰ ਨੂੰ ਹੋਰ ਰੇਟ ਘਟਾਉਣੇ ਚਾਹੀਦੇ? ਰੇਟ 'ਚ ਘਟਾਉਣੇ ਚਾਹੀਦੇ, ਜਿਸ ਹਿਸਾਬ ਨਾਲ ਹੈਗਾ ਚੱਲ ਰਿਹਾ ਰੇਟ ਤਾਂ ਅਜੇ ਘਟਾਉਣੇ ਚਾਹੀਦੇ ਆ। ਜਿਹਦੇ ਰੇਟ 'ਤੇ ਪਹਿਲੇ ਵਧਾਏ ਬਹੁਤ ਜ਼ਿਆਦਾ ਸੀ, ਇਹ ਤਾਂ ਵੈਸੇ ਹੋ ਗਿਆ ਵੀ ਮੂੰਹ ਦੇ ਮੂੰਹ 'ਚ ਜੀਰਾ ਕੀਤਾ ਜੀ ਅਜੇ ਇਹਨਾਂ ਨੇ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਨੇ, ਔਰ ਵੋਟਾਂ ਤੋਂ ਪਹਿਲਾਂ ਹਰ ਇੱਕ ਪਾਰਟੀ ਵੱਲੋਂ ਇੱਕ ਦੂਜੇ ਦੀ ਪਾਰਟੀ ਨੂੰ ਘੇਰਿਆ ਜਾ ਰਿਹਾ, ਔਰ ਉਹਨਾਂ ਦੇ ਕੋਲੋਂ ਕਈ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣੇ ਵਿੱਚ ਬਾਕਾਇਦਾ ਤੌਰ 'ਤੇ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਨੇ ਵੇਖਦੇ ਹਾਂ ਖਬਰ। ਦੇਖੋ, ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਸੱਦੀ ਆ, ਉਹਦਾ ਮਕਸਦ ਕੀ ਹੈ? ਇਹ ਇੱਕ ਡਰਾਮੇਬਾਜ਼ ਸੀਗਾ ਸਰਦਾਰ ਨਵਜੋਤ ਸਿੰਘ ਸਿੱਧੂ, ਉਹਦੇ ਨਾਲ ਦੂਸਰਾ ਡਰਾਮੇਬਾਜ਼ ਰਲ ਗਿਆ ਸਰਦਾਰ ਚਰਨਜੀਤ ਸਿੰਘ ਚੰਨੀ। ਇਹ ਜਿਹੜੇ ਦੋਨੋਂ ਡਰਾਮੇਬਾਜ਼ ਨੇ, ਇਹ ਪੰਜਾਬ ਨੂੰ ਮਿਸਗਾਈਡ ਕਰ ਰਹੇ ਨੇ, ਮਿਸਲੀਡ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਕੁਫਰ ਤੋਲ ਰਹੇ ਨੇ। ਅੱਜ ਸਵਾਲ ਅਸੀਂ ਇਸ ਕੱਲੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾ ਸਵਾਲ ਸਾਡਾ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹ ਸਪੈਸ਼ਲ ਅਸੈਂਬਲੀ ਸੈਸ਼ਨ ਜਿਹੜੇ PPA ਦੇ ਐਗਰੀਮੈਂਟ ਹੋਏ ਸੀਗੇ, ਅਸੀਂ ਉਹਨਾਂ ਨੂੰ ਰੱਦ ਕਰਨ ਲਈ ਬੁਲਾਇਆ ਗਿਆ। ਮੈਂ ਚੰਨੀ ਜੀ ਨੂੰ ਪੁੱਛਦਾ ਕਿ ਚੰਨੀ ਜੀ, ਤੁਸੀਂ ਮੁੱਖ ਮੰਤਰੀ ਹੋ, ਤੁਹਾਨੂੰ ਇੰਨੀ ਗੱਲ ਦਾ ਵੀ ਇਲਮ ਨਹੀਂ ਕਿ ਇਹ ਐਗਰੀਮੈਂਟ ਆ ਜਿਹੜੇ ਇਹ ਗੌਰਮੈਂਟ ਲੈਵਲ 'ਤੇ ਐਗਜੈਕਟਿਵ ਨੇ ਕੀਤੇ ਸੀ, ਡਿਪਾਰਟਮੈਂਟ ਆਫ ਪਾਵਰ ਨੇ ਕੀਤੇ ਸੀ,
ਇਹਦੇ ਵਿੱਚ ਅਸੈਂਬਲੀ ਦਾ ਕੋਈ ਰੋਲ ਨਹੀਂ ਸੀ। ਖਬਰ ਲੈਂਦੇ ਹਾਂ ਪਟਿਆਲੇ ਤੋਂ। ਗੁਰਮਿਤ ਰਾਮ ਰਹੀਮ ਦੇ ਕੋਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਪੁੱਛ ਪੜਤਾਲ ਜਿਹੜੀ ਹੈ ਉਹ ਕਰਨ ਵਾਸਤੇ ਟੀਮ ਰਵਾਨਾ ਹੋ ਚੁੱਕੀ ਹੈ। ਸੁਨਾਰੀਆ ਜੇਲ੍ਹ ਜੋ ਕਿ ਇਸ ਸਮੇਂ ਜਿੱਥੇ ਗੁਰਮਿਤ ਰਾਮ ਰਹੀਮ ਬੰਦ ਨੇ, ਔਰ ਪਹਿਲੀ ਵਾਰ ਹੋਇਆ ਕਿ ਬੇਅਦਬੀ ਮਾਮਲੇ ਦੇ ਵਿੱਚ ਉਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਹੋਰ ਕੀ ਗੱਲਬਾਤ ਹੋਈ ਹੈ ਵੇਖਦੇ ਹਾਂ। ਖਬਰ ਹੁੰਦਾ ਕਿ ਕਈ ਵਾਰ ਜਿਹੜੇ ਜਵਾਬ ਦਿੰਦੇ ਨੇ ਉਹਨਾਂ ਦੇ ਵਿੱਚ ਹੋਰ ਸਵਾਲ ਨਿਕਲ ਕੇ ਆਉਂਦੇ ਨੇ। ਇਟ ਕੈਨੋਟ ਬੀ ਸੈਟ ਰਾਈਟ ਐਟ ਦਿਸ ਮੂਮੈਂਟ ਕਿ ਕਿੰਨੇ ਕੁਐਸਚਨ ਨੇ, ਅਤੇ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਅਕੋਰਡਿੰਗਲੀ ਅੱਗੇ ਅੱਗੇ ਕੁਐਸਚਨ ਨਿਕਲਦੇ ਹੋਣਗੇ। ਲੱਗਦਾ ਕਿ ਜਿੱਥੇ ਮਸਲਾ ਫਸਿਆ ਹੋਇਆ ਸੀ ਅੱਜ ਉਹ ਅੱਗੇ ਵੱਲ ਵਧੇਗਾ, ਕਿਉਂਕਿ ਸਭ ਤੋਂ ਅਹਿਮ ਕੇਸ ਇਸ ਵੇਲੇ ਮੰਨਿਆ ਜਾ ਰਿਹਾ ਪੰਜਾਬ ਦਾ। ਵੀ ਕੈਨੋਟ ਪ੍ਰੋਟੈਕਟ ਦ ਫਿਊਚਰ ਫੋਰ ਦੈਟ ਮੈਟਰ। ਇਹ ਇੱਕ ਪ੍ਰੋਸੈਸ ਹੈਗਾ ਇਨਵੈਸਟੀਗੇਸ਼ਨ ਦਾ, ਇਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ, ਤੁਹਾਨੂੰ ਦੇਸੀ ਰਿਹਾ ਹੈਗਾ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।